खलील जिब्रान दी पुस्तक थॉट्स एंड मेडिटेशन नु मैडम जगदीश कौर वाडिया ने अनुवादित ਕੀਤਾ ਹੈ महबूब ਦੀ واپسی ਅਗਲਾ ਲਿਖ ਹੈ ਸ਼੍ਰੀਮਾਨ ਗੱਪੀ ਮੈਂ ਗੱਪ ਤੇ ਗੱਪੀਆਂ ਤੋਂ ਤੰਗ ਆ ਗਿਆ ਮੇਰੀ ਆਤਮਾ ਉਹਨਾਂ ਨੂੰ ਨਫ਼ਰਤ ਕਰਦੀ ਹੈ ਸਵੇਰੇ ਉੱਠਦੇ ਹੀ ਆਪਣੇ ਸਹਰਾਣੇ ਪਏ ਅਖਬਾਰ ਤੇ ਰਸਾਲੇ ਪੜ੍ਹਨ ਲਈ ਚੁੱਕਦਾ ਉਹ ਸਾਰੇ ਗੱਪਾਂ ਨਾਲ ਭਰੇ ਹੁੰਦੇ ਹਨ ਮੇਰੇ ਆਲੇ ਦੁਆਲੇ ਸਭ ਵਿਅਰਥ ਖੋਖਲਾ ਤੇ ਪਖੰਡ ਵਾਪਰਦਾ ਜਦ ਮੈਂ ਖਿੜਕੀ ਕੋਲ ਬੈਠ ਅੱਖਾਂ ਤੋਂ ਨੀਂਦ ਦਾ ਪਰਦਾ ਹਟਾਉਣ ਲਈ 터ਕਿਸ਼ ਕਾਫੀ ਦੇ ਘੁੱਟ ਭਰਦਾ ਹਾਂ ਸ੍ਰੀਮਾਨ ਗੱਪੀ ਨੱਚਦਾ ਟੱਪਦਾ ਚੀਕਦਾ ਤੇ ਬੁੜਬੁੜਾਉਂਦਾ ਮੇਰੇ ਸਾਹਮਣੇ ਆ ਖੜਾ ਹੁੰਦਾ ਉਹ ਮੇਰੀ ਕਾਫੀ ਤੇ ਸਿਗਰਟ ਪੀਣ ਲੱਗ ਜਾਂਦਾ ਕੰਮਤੇ ਜਾਂਦਿਆਂ ਵੀ ਸ਼੍ਰੀਮਾਨ ਗੱਪੀ ਮੇਰੇ ਕੰਨਾਂ ਕੋਲ ਕੁਝ ਫੁਸਫਸਾਉਂਦਾ ਮੇਰੇ ਦਿਮਾਗ 'ਚ ਕੁੜੱਤਣ ਭਰਦਾ ਮੇਰਾ ਪਿੱਛਾ ਕਰਦਾ ਜਦ ਮੈਂ ਉਸ ਤੋਂ ਪਿੱਛਾ ਛਡਾਉਣ ਦੀ ਕੋਸ਼ਿਸ਼ ਕਰਦਾ ਤਾਂ ਦੰਦ ਚੜਾਉਂਦਾ ਹੋਇਆ ਉਸੇ ਪਾਲੀ ਆਪਣੀ ਬਕੜਵਾ ਕਰਦਾ ਸਾਹਮਣੇ ਆਖ ਲੋਂਦਾ ਜਦੋਂ ਮੈਂ ਬਾਜ਼ਾਰ ਜਾਂਦਾ ਤਾਂ ਸ਼੍ਰੀਮਾਨ ਗੱਪੀ ਹਰ ਦੁਕਾਨ ਦੇ ਦਰਵਾਜ਼ੇ 'ਚ ਖਲੋ ਕੇ ਲੋਕਾਂ ਤੇ ਵਿਅੰਗ ਕਸਦਾ ਮੈਂ ਉਹਨੂੰ ਚੁੱਪ ਰਹਿਣ ਵਾਲੇ ਇਨਸਾਨਾਂ ਦੇ ਚਿਹਰੇ 'ਚੋਂ ਵੀ ਥੱਕਿਆ ਉਹਨਾਂ ਨਾਲ ਵੀ ਰਹਿੰਦਾ ਉਹਨਾਂ ਨੂੰ ਤੰਗਤਾ ਕਰਦਾ ਹੈ ਪਰ ਉਹ ਦੀ ਹੋਂਦ ਤੋਂ ਅਣਜਾਣ ਹਨ ਜਿਵੇਂ ਕਿਸੇ ਮਿੱਤਰ ਕੋਲ ਬੈਠਦਾ ਤਾਂ ਸ਼੍ਰੀਮਾਨ ਗੱਪੀ ਬਿਨ ਬੁਲਾਇਆ ਦਖਲ ਦਿੰਦਾ ਹੈ ਜਿਵੇਂ ਮੈਂ ਉਹ ਤੋਂ ਦੂਰ ਵੀ ਰਹਾ ਤਾਂ ਨੇੜੇ ਹੋਣ ਦੀ ਇੰਨੀ ਕੋਸ਼ਿਸ਼ ਕਰਦਾ ਹੈ ਕਿ ਉਹਦੀ ਆਵਾਜ਼ ਮੇਰੇ ਅੰਦਰ ਚਿੜ ਪੈਦਾ ਕਰ ਦਿੰਦੀ ਹੈ ਤੇ ਮੇਰੀ ਤਬੀਅਤ ਇੰਜ ਖਰਾਬ ਹੋ ਜਾਂਦੀ ਹੈ ਜਿਵੇਂ ਗੰਦਾ ਮਾਸ ਖਾ ਕੇ ਮੇਦਾ ਜਦੋਂ ਮੈਂ ਕਚਹਿਰੀਆਂ ਤੇ ਵਿਧੇਕ ਸੰਸਥਾਵਾਂ 'ਚ ਜਾਂਦਾ ਤਾਂ ਉੱਥੇ ਵੀ ਉਹ ਆਪਣੇ ਮਾਂ-ਬਾਪ ਸੰਗ ਆਪਣੇ ਰੇਸ਼ਮੀ ਕੱਪੜਿਆਂ, ਹੀਟ, ਝੂਟ ਤੇ ਵਧੀਆ ਚੰਗੇ ਚੋਗੇ ਤੇ ਸੋਹਣੀ ਪਗੜੀ ਹੀਟ ਪਖੰਡ ਨੂੰ ਛਪਾਈ ਹਾਜ਼ਰ ਹੁੰਦਾ ਹੈ। ਮੈਂ ਹੈਰਾਨ ਹਾਂ ਕਿ ਕਾਰਖਾਨਿਆਂ ਦੇ ਦਫ਼ਤਰਾਂ ਵਿੱਚ ਵੀ ਉਹ ਆਪਣੇ ਮਾਪਿਆਂ, ਦਾਦਕਿਆਂ ਤੇ ਰਿਸ਼ਤੇਦਾਰਾਂ ਚ ਕਿਰਿਆ ਗੱਲਾਂ ਮਾਰਦਾ, ਮੋٹے-ਮੋٹے ਬੁੱਲ ਲਟਕਾਈ ਮੌਜੂਦ ਹੁੰਦਾ ਹੈ। ਉਹਦੇ ਰਿਸ਼ਤੇਦਾਰ ਉਹਦੀ ਤਾਰੀਫ਼ ਕਰਦੇ, ਮੇਰਾ ਮਾਜੂ ਉਟਾਉਂਦੇ ਹਨ। ਮੰਦਰਾਂ ਤੇ ਹੋਰ ਪੂਜਾ ਸਥਾਨਾਂ ਤੇ ਜਦ ਜਾਣਾ ਤੈ ਮੈਨੂੰ ਸਿੰਘਾਸਨ ਉੱਪਰ ਸਿਰ ਤੇ ਤਾਜ ਪਾਈ ਹੱਥ 'ਚ ਰਾਜ ਦੰਡ ਫੜੀ ਬੈਠਾ ਵੇਖਦਾ ਸ਼ਾਮ ਨੂੰ ਘਰ ਪਰਤਦੇ ਹਾਂ ਉੱਥੇ ਵੀ ਮੌਜੂਦ ਹੁੰਦਾ ਉਹ ਸੱਪ ਵਾਂਗ ਛੱਤ ਨਾਲ ਲਟਕ ਰਿਹਾ ਤੇ ਅਜਗਰ ਵਾਂਗ ਘਰ ਦੇ ਚਾਰੇ ਖੂੰਜਿਆਂ 'ਚ ਰਿੰਗ ਰਿਹਾ ਹੁੰਦਾ ਗੱਲ ਕੀ ਉਹ ਹਰ ਜਗ੍ਹਾ ਮੌਜੂਦ ਹੈ ਅਸਮਾਨ ਤੇ ਉਹ ਤੋਂ ਵੀ ਪਰੇ ਧਰਤੀ ਉੱਤੇ ਤੇ ਉਹ ਤੋਂ ਵੀ ਹੇਠਾਂ ਆਕਾਸ਼ੀ ਤੱਤ ਦੇ ਖੰਭਾਂ ਦੇ ਸਵਾਰ ਸਮੁੰਦਰ ਦੀਆਂ ਲਹਿਰਾਂ ਉੱਤੇ ਜੰਗਲਾਂ, ਕੁੰਦਰਾਾਂ ਦੇ ਪਹਾੜਾਂ ਦੀਆਂ ਚੋਟੀਆਂ ਉੱਤੇ ਮੌਨ ਤੇ ਸ਼ਾਂਤੀ ਦਾ ਪੁਜਾਰੀ ਉਹ ਤੋਂ ਬਚ ਕੇ ਕਿੱਥੇ ਆਰਾਮ ਕਰੇ ਕੀ ਰੱਬ ਮੇਰੀ ਆਤਮਾ ਉੱਪਰ ਰਹਿਮ ਕਰੇਗਾ ਤੇ ਮੈਨੂੰ ਮੇਰੀ ਸੁਣਨ ਸ਼ਕਤੀ ਤੋਂ ਹੀਣ ਕਰ ਦੇਵੇ ਤਾਂ ਕਿ ਮੈਂ ਮੌਨ ਦੇ ਸਵਰਗ ਜੀ ਸ਼ਾਂਤੀ ਨਾਲ ਰਹਿ ਸਕਾਂ ਕਿਰੀ ਕੀ ਬ੍ਰਹਿਮੰਡ ਵਿੱਚ ਕੋਈ ਅਜਿਹਾ ਕੋਨਾ ਹੈ ਜਿੱਥੇ ਮੈਂ ਆਪਣੀ ਇਕੱਲ ਨਾਲ ਖੁਸ਼ੀ ਖੁਸ਼ੀ ਰਹਿ ਸਕਾਂ ਕੀ ਕੋਈ ਅਜਿਹੀ ਜਗ੍ਹਾ ਹੈ ਜਿੱਥੇ ਥੋਥੀਆਂ ਗੱਲਾਂ ਦੀ ਆਵਾਜ਼ ਆਈ ਨਾ ਹੋਵੇ ਕੀ ਇਸ ਧਰਤੀ ਤੇ ਕੋਈ ਅਜਿਹਾ ਇਨਸਾਨ ਹੈ ਜੋ ਆਪਣੇ ਮੂੰਹ ਮੀਆਂ ਮਿੱਠੂ ਨਹੀਂ ਬਣਦਾ ਕੀ ਵਿਅਕਤੀਆਂ ਦੇ ਹਜੂਮ ਵਿੱਚੋਂ ਕੋਈ ਇੱਕ ਵੀ ਅਜਿਹਾ ਹੈ ਜਿਹਦਾ ਮੂੰਹ ਧੋਖੇਬਾਜ਼ ਸ਼੍ਰੀਮਾਨ ਗੱਪੀ ਦੀ ਲੁਕਣਗਾ ਨਾ ਹੋਵੇ ਜੇ ਕੋਈ ਕਿਸਮ ਦਾ ਗੱਪੀ ਹੁੰਦਾ ਤਾਂ ਗੱਲ ਹੋਰ ਸੀ ਇੱਥੇ ਤਾਂ ਅਨੇਕਾਂ ਗੱਪੀ ਹਨ ਜਿਨ੍ਹਾਂ ਨੂੰ ਕਟੰਬਾਂ ਕਬੀਲਿਆਂ 'ਚੋਂ ਵੰਡਿਆ ਜਾ ਸਕਦਾ ਹੈ ਜਿਵੇਂ ਕੁਝ ਅਜਿਹੇ ਹਨ ਜੋ ਸਾਰਾ ਦਿਨ ਦਲਦਲ 'ਚ ਪਏ ਰਹਿੰਦੇ ਹਨ ਪਰ ਰਾਤ ਹੁੰਦੇ ਏ ਕੰਡਿਆਂ ਉੱਪਰ ਚਿੱਕੜ ਤੇ ਪਾਣੀ ਚੋਂ ਸਿਰियां ਬਾਹਰ ਕੱਢ ਕੇ ਕੰਨ ਪਾੜਵੀਆਂ ਭਿਆਨਕ ਚੀਕਾਂ ਨਾਲ ਰਾਤ ਦੀ ਸ਼ਾਂਤੀ ਭੰਗ ਕਰ ਦਿੰਦੇ ਹਨ ਕੁਝ ਸ਼ੈਤਾਨ ਦੇ ਪਰਿਵਾਰ ਨਾਲ ਸੰਬੰਧ ਰੱਖਦੇ ਹਨ ਇਹ ਉਹ ਹਨ ਜੋ ਸਾਡੇ ਸਿਰਾਂ ਤੇ ਮੰਡਰਾਉਂਦੇ ਨਫ਼ਰਤ ਭਰਿਆ ਸ਼ੈਤਾਨੀ ਸ਼ੋਰ ਪਾਉਂਦੇ ਹਨ ਇਹਨਾਂ ਦਾ ਇੱਕ ਕਬੀਲਾ ਜਿਹਾ ਹੈ ਜਿਸ ਦੇ ਫਰਦ ਬੀਅਰ ਤੇ ਬ੍ਰਾਂਡੀ ਪੀ ਕੇ ਗਲੀਆਂ ਦੇ ਮੋੜ ਤੇ ਖੜ ਕੇ ਮੱਝ ਦੇ ਰਿੰਗਣ ਦੀ ਆਵਾਜ਼ ਤੋਂ ਵੀ ਭੈੜੀਆਂ ਆਵਾਜ਼ਾਂ ਨਾਲ ਵਾਤਾਵਰਨ ਨੂੰ ਦੂਸ਼ਿਤ ਕਰਦੇ ਹਨ ਇਹਨਾਂ ਲੋਕਾਂ ਦਾ ਇੱਕ विचित्र ਕਬੀਲਾ ਜੋ ਮਨੁੱਖੀ ਕਬਰਾਂ ਉੱਪਰ ਬੈਠ ਵਕਤ ਬਿਤਾਉਂਦੇ ਉੱਲੂ ਦੀ ਮਨਹੂਸ ਆਵਾਜ਼ ਨਾਲੋਂ ਵੀ ਗਮਗੀਨ ਚੀਕਾਂ ਨਾਲ ਸ਼ਾਂਤੀ ਭੰਗ ਕਰਦੇ ਹਨ ਗੱਪੀਆਂ ਦਾ ਇੱਕੋ ਟੋਲਾ ਜੋ ਜ਼ਿੰਦਗੀ ਨੂੰ ਵਧੂ ਜਿਆ ਸਮਝਦੇ ਉਹਨੂੰ ਆਪਣੇ ਅਨੁਸਾਰ ਢਾਲਦੇ ਤੇ ਇਸ ਵਿੱਚੋਂ ਆਰੇ ਦੀ ਆਵਾਜ਼ ਤੋਂ ਵੀ ਭੈੜੀਆਂ ਆਵਾਜ਼ਾਂ ਕੱਢਦੇ ਹਨ ਇਸ ਟੋਲੇ ਨਾਲ ਮਿਲਦੇ ਜੁਲਦੇ ਅਜਿਹੇ ਜੀਵ ਹਨ ਜੋ ਹਥੌੜਿਆਂ ਨਾਲ ਆਪਣੇ ਆਪ ਨੂੰ ਫੇਕ ਕੇ ਖੋਖੜੀਆਂ ਆਵਾਜ਼ਾਂ ਕੱਢਦੇ ਹਨ ਜੋ ਜੰਗਲੀ ਰਾਖਸ਼ ਰਾਖਸ਼ਾਂ ਦੀ ਕੜਿਆਲ ਵਰਗੀ ਆਵਾਜ਼ ਤੋਂ ਵੀ ਡਰਾਣੀ ਹੁੰਦੀ ਹੈ ਇਹਨਾਂ ਜੀਵਨ ਦਾ ਇੱਕ ਹੋਰ ਫਿਰਕਾ ਹੈ ਜਿਦੇ ਫਰਦ ਜਿੱਥੇ ਵੀ ਜਗ੍ਹਾ ਮਿਲੇ ਸਾਰਾ ਦਿਨ ਨਿਠ੍ਹੱਲੇ ਬੈਠ ਸ਼ਬਦਾਂ ਨੂੰ ਬੋਲਣ ਦੀ ਬਜਾਏ ਉਹਨਾਂ ਦੀ ਜੁਗਾਲੀ ਕਰਦੇ ਹਨ ਇੱਕ ਵਾਰ ਅਸੀਂ ਗੱਪੀਆਂ ਦਾ ਇੱਕ ਕੱਠ ਵੇਖਿਆ ਜੋ ਹਵਾਈ ਕਿਲੇ ਉਸਾਰ ਦੇ ਪਰ ਨੰਗੇ ਰਹਿੰਦੇ ਕਦੇ-ਕਦੇ ਬੜੇ ਅਜੀਬ ਗੱਪੀ ਵੀ ਵੇਖਣ ਨੂੰ ਮਿਲਦੇ ਹਨ ਜਿਨ੍ਹਾਂ ਦੇ ਪ੍ਰਤੀਨਿਧ ਹੁੰਦੇ ਤਾਂ ਤਿਲਿਆਰ ਵਰਗੇ ਹਨ ਪਰ ਜਦ ਹਵਾਈ ਗੱਲਾਂ ਕਰਦੇ ਹਨ ਤਾਂ ਖੁਦ ਨੂੰ ਬਾਦ ਸਮਝਦੇ ਹਨ ਤੇ ਉਹਨਾਂ ਗੱਪੀਆਂ ਦਾ ਕੀ ਕਰੀਏ ਜੋ ਘੰਟੀਆਂ ਦੀ ਆਵਾਜ਼ ਵਾਂਗ ਲੋਕਾਂ ਨੂੰ ਪੂਜਾ ਕਰਨ ਲਈ ਬੁਲਾਉਂਦੇ ਹਨ ਪਰ ਆਪ ਕਦੇ ਚਰਚ ਨਹੀਂ ਬੜੇ ਇਸ ਤੋਂ ਇਲਾਵਾ ਗੱਪੀਆਂ ਦੇ ਹੋਰ ਵੀ ਕਈ ਕੁਟੰਬ ਤੇ ਕਬੀਲੇ ਹਨ ਜਿਨ੍ਹਾਂ ਦਾ ਜ਼ਿਕਰ ਮੁਸ਼ਕਿਲ ਹੈ ਮੇਰੇ ਖਿਆਲ ਨਾਲ ਇਹਨਾਂ ਵਿੱਚੋਂ ਉਹ ਫਿਰਕਾ ਸਭ ਤੋਂ ਅਜੀਬ ਹੈ ਜੋ ਸੁੱਤਾ ਰਹਿੰਦਾ ਹੈ। ਇਹਦੇ ਫਰਦ ਵਕਤ ਬੇਵਕਤ ਲੋਕਾਂ ਨੂੰ ਘੁੜਾੜੇ ਮਾਰ ਕੇ ਦੁਖੀ ਕਰਦੇ ਤੇ ਇਹ ਕਹਿਣ ਲਈ ਜਗਾਉਂਦੇ ਹਨ ਅਸੀਂ ਕਿੰਨੇ ਵਿਦਵਾਨ ਹਾਂ। ਸ਼੍ਰੀਮਤ ਸ਼੍ਰੀਮਾਨ ਗੱਪੀ ਤੇ ਉਹਦੇ ਸਾਥੀਆਂ ਪ੍ਰਤੀ ਆਪਣੀ ਨਫ਼ਰਤ ਜ਼ਾਹਿਰ ਕਰਨ ਉਪਰੰਤ ਮੈਨੂੰ ਜੱਪਦਾ ਹੈ ਕਿ ਮੈਂ ਅਜਿਹਾ ਡਾਕਟਰ ਹਾਂ ਜੋ ਆਪਣਾ ਇਲਾਜ ਖੁਦ ਨਾ ਕਰ ਸਕਦਾ ਹੋਵੇ। ਜਿਉਂ ਮੁਜਰੇਮਾਂ ਜੋ ਸਾਥੀ ਕੈਦੀਆਂ ਨੂੰ ਉਪਦੇਸ਼ ਦਿੰਦਾ। ਮੈਂ ਸ੍ਰੀਮਾਨ ਗੱਪੀ ਤੇ ਉਹਦੇ ਗਪੌੜੀ ਸਾਥੀਆਂ ਉੱਪਰ ਆਪਣੀਆਂ ਗੱਪਾਂ ਰਹੀ ਵਿਅੰਗ ਕ세 ਹਨ ਮੈਂ ਉਹ ਗੱਪੀਆਂ ਜੋ ਗੱਪੀਆਂ ਤੋਂ ਕੰਨੀ ਕਤਰੋਂਦਾ ਕੀ ਪਰਮਾਤਮਾ ਮੈਨੂੰ ਵਿਚਾਰ ਸੱਚਾਈ ਤੇ ਪਿਆਰ ਦੀ ਦੁਨੀਆ ਜਿੱਥੇ ਗੱਪੀ ਨਹੀਂ ਰਹਿੰਦੇ ਵਿੱਚ ਰਹਿਣ ਦੀ ਅਸੀਸ ਦੇਣ ਤੋਂ ਪਹਿਲਾਂ ਮੇਰੇ ਗੁਨਾਹ ਬਖਸ਼ ਦੇਵੇਗਾ ਅਗਲਾ ਲੇਖ ਹੈ ਹਨੇਰੀ ਰਾਤ ਵਿੱਚ ਪਹਿਲੀ ਸੰਸਾਰ ਜੰਗ ਵੇਲੇ ਲਬਨਾਨਤ ਪਏ ਕਾਲ ਸਮੇਂ ਲਿਖੀ ਗਈ ਹਨੇਰੀ ਰਾਤ ਵਿੱਚ ਅਸੀਂ ਇੱਕ ਦੂਜੇ ਨੂੰ ਆਵਾਜ਼ਾਂ ਮਾਰ ਕੇ ਮਦਦ ਲਈ ਬੁਲਾਉਂਦੇ ਹਾਂ ਜਦੋਂ ਮੌਤ ਦਾ ਸਾਇਆ ਆਪਣੇ ਕਾਲੇ ਖੰਭ ਫੈਲਾਏ ਸਾਡੇ ਵਿਚਕਾਰ ਦੀਵਾਰ ਬਣ ਆਖਲ ਹੁੰਦਾ ਤੇ ਆਪਣੇ ਫੁੱਲਾਦੀ ਹੱਥਾਂ ਨਾਲ ਸਾਡੀਆਂ ਆਤਮਾਵਾਂ ਨੂੰ ਪਤਾਲ ਵੱਲ ਧੱਕ ਦਿੰਦਾ ਹਨੇਰੀ ਰਾਤ ਮੌਤ ਅੱਗੇ-ਅੱਗੇ ਤੇ ਅਸੀਂ ਡਰਦੇ ਸਿਸਕਦੇ ਉਹਦੇ ਪਿੱਛੇ ਤੁਰੇ ਜਾਂਦੇ ਹਾਂ ਸਾਡੇ ਵਿੱਚੋਂ ਕਿਸੇ ਦੀ ਹਿੰਮਤ ਨਹੀਂ ਪੈਂਦੀ ਕਿ ਇਸ ਨੈਸੀ ਜਲੂਸ ਨੂੰ ਰੋਕ ਸਕੇ ਜਾਂ ਇਹਦੇ ਅੰਤ ਹੋਣ ਦੀ ਆਸ ਦੀ ਭਾਵਨਾ ਪੈਦਾ ਕਰ ਸਕੀਏ ਹਨੇਰੀ ਰਾਤ 'ਚ ਅਸੀਂ ਚੁੱਪਚਾਪ ਮੌਤ ਦਾ ਅਨੁਸ਼ਰਣ ਕਰਦੇ ਹਾਂ ਤੇ ਜਦੋਂ ਪਛਾਹ ਮੁੜ ਕੇ ਛਾਤੀ ਮਾਰਦੀ ਹੈ ਤਾਂ ਸੈਂਕੜੇ ਜਾਨਾਂ ਸੜਕ ਦੇ ਦੋਹੀਂ ਪਾਸੇ ਚੁਫਾਲ ਡਿੱਗ ਪੈਂਦੀਆਂ ਹਨ ਜੋ ਇੱਕ ਵਾਰ ਡਿੱਗਦਾ ਸਦਾ ਦੀ ਨੀਂਦ ਸੌ ਜਾਂਦਾ ਹੈ ਤੇ ਜਿਹੜਾ ਸੰਭਲ ਕੇ ਪੈਰ ਧਰਦਾ ਉਹ ਡਿੱਗਣ ਪਿੱਛੋਂ ਮੌਤ ਦੀ ਆਗੋਸ਼ 'ਚ ਸਦੀਵੀ ਨੀਂਦ ਸੁੱਤੇ ਸਾਥੀਆਂ ਨੂੰ ਜਾ ਮਿਲਣ ਲਈ ਦ੍ਰਿੜ ਨਿਸ਼ਚੈ ਕਰ ਨਿੱਡਰ ਹੋ ਕੇ ਤੁਰਿਆ ਜਾਂਦਾ ਹੈ ਪਰ ਮੌਤ ਦੂਰ ਸ਼ਾਮ ਦੇ ਤੁੰਦਲਕੇ ਵੱਲ ਨਿਗਾਹ ਟਿਕਾਈ ਅੱਗੇ-ਅੱਗੇ ਤੁਰੀ ਜਾਂਦੀ ਹੈ ਹਨੇਰੀ ਰਾਤ ਭਰਾ ਭਰਾ ਨੂੰ ਪਿਤਾ ਪੁੱਤਰ ਨੂੰ ਮਾਂ ਬੱਚਿਆਂ ਨੂੰ ਆਵਾਜ਼ਾਂ ਮਾਰਦੇ ਹਨ ਪਰ ਭੁੱਖ ਦੀ ਪੀੜ ਤੇ ਸੰਤਾਪ ਸਭ ਨੂੰ ਇੱਕੋ ਜਿਹਾ ਸਤਾਉਂਦਾ ਹੈ ਪਰ ਮੌਤ ਨੂੰ ਨਾ ਭੁੱਖ ਲੱਗਦੀ ਹੈ ਨਾ ਤਰੇ ਉਹ ਸਾਡੀਆਂ ਆਤਮਾਵਾਂ ਤੇ ਜਿਸਮਾਂ ਨਾਲ ਭੁੱਖ ਖੋਣ ਤੇ ਹੰਝੂਆਂ ਨਾਲ ਪਿਆਸ 부ਝਾ ਕੇ ਵੀ ਤ੍ਰਿਪਤ ਨਹੀਂ ਹੁੰਦੀ ਰਾਤ ਦੇ ਪਹਿਲੇ ਪੈਰ ਬੱਚਾ ਮਾਂ ਨੂੰ ਆਵਾਜ਼ ਦਿੰਦਾ ਹੈ ਮਾਂ ਮੈਨੂੰ ਭੁੱਖ ਲੱਗੀ ਹੈ ਮਾਂ ਜਵਾਬ ਦਿੰਦੀ ਹੈ ਮੇਰੇ ਬੱਚੇ ਥੋੜੀ ਇੰਤਜ਼ਾਰ ਕਰ ਰਾਤ ਦੇ ਦੂਜੇ ਪੈਰ ਬੱਚਾ ਫੇਰ ਦੌੜ ਆਉਂਦਾ ਮੈਨੂੰ ਭੁੱਖ ਲੱਗੀ ਹੈ ਮਾਂ ਮੈਨੂੰ ਕੁਝ ਖਾਣ ਨੂੰ ਦੇ ਮਾਂ ਬੇਬਸ ਹੈ ਮੈਂ ਰੋਟੀ ਕਿੱਥੋਂ ਲਿਆਵਾਂ ਮੇਰੇ ਲਾਲ ਰਾਤ ਦੇ ਤੀਜੇ ਪੈਰ ਮੌਤ ਆਕੇ ਦੋਹਾਂ ਮਾਂ ਪੁੱਤਰਾਂ ਨੂੰ ਆਪਣੇ ਖੰਭਾ ਹੇਠ ਸਮੇਟ ਕੇ ਸੜਕ ਕੰਢੇ ਸਦਾ ਦੀ ਨੀਂਦ ਸੁਲਾ ਦਿੰਦੀ ਹੈ ਮੌਤ ਦੂਰ ਸ਼ਾਮ ਦੇ ਤੁੰਦਲਕੇ ਵੱਲ ਨਿਹਾਰਦੀ ਹੋਈ ਅੱਗੇ ਵੱਜ ਜਾਂਦੀ ਹੈ ਦਿਨ ਚੜੇ ਪਤੀ ਖੁਰਾਕ ਦੀ ਭਾਲ ਚ ਖੇਤਾਂ ਵੱਲ ਜਾਂਦਾ ਪਰ ਉੱਥੇ ਤਾਂ ਮਿੱਟੀ, ਕੱਟੇ ਤੇ ਪੱਥਰ ਤੋਂ ਸਿਵਾ ਕੁਝ ਵੀ ਨਹੀਂ ਸ਼ਾਮ ਨੂੰ ਉਹ ਭੁੱਖ ਨਾਲ ਕੁਮਲਾਏ ਬੱਚਿਆਂ ਤੇ ਪਤਨੀ ਕੋਲ ਪਰਤ ਆਉਂਦਾ ਰਾਤ ਪੈਂਦੀ ਮੌਤ ਪਤੀ ਪਤਨੀ ਤੇ ਬੱਚਿਆਂ ਨੂੰ ਸਦੀਵੀ ਨੀਂਦ ਸੁਲਾ ਕੇ ਹੱਸਦੀ ਹੋਈ ਦੂਰ ਤੁੰਦਲਕੇ ਵੱਲ ਨਿਹਾਰਦੀ ਹੋਈ ਅੱਗੇ ਵੱਜ ਜਾਂਦੀ ਹੈ ਦਿਨ ਚੜਦਿਆਂ ਕਿਸਾਨ ਆਪਣੇ ਮਾਂ ਤੇ ਭੈਣ ਦੇ ਜੀਵਰ ਲੈ ਕੇ ਸ਼ਹਿਰ ਜਾਂਦਾ ਤਾਂ ਕਿ ਪੇਟ ਦੀ ਅੱਗ ਬੁਝਾਣ ਦਾ ਚਾਰਾ ਕਰ ਸਕੇ ਪਰ ਸ਼ਾਮ ਨੂੰ ਜਦ ਬਿਨਾਂ ਜੀਵਰ ਤੇ ਰੋਟੀ ਖਾਲੀ ਹੱਥ ਮੁੜਦਾ ਤੇ ਮਾਂ ਤੇ ਭੈਣ ਨੂੰ ਸਦੀਵੀ ਨੀਂਦ ਸੁੱਤੀਆਂ ਖਿਲਾ ਨੂੰ ਘੂਰਦੀਆਂ ਤੱਕਦਾ ਮਾਇੂਸ ਹੋ ਕੇ ਉਹ ਆਕਾਸ਼ ਵੱਲ ਬਹਾਉ ਲਾਰਦਾ ਤੇ ਗੁਲੇਲਾ ਖਾਦੇ ਪੰਛੀ ਵਾਂਗ ਡਿੱਗ ਪੈਂਦਾ ਕਿਸਾਨ ਉਹਦੀ ਮਾਂ ਤੇ ਭੈਣ ਨੂੰ ਸ਼ੈਤਾਨ ਦੁਆਰਾ ਸਦਾ ਦੀ ਨੀਂਦ ਸੁਲਾ ਦਿੱਤੇ ਗਿਆ ਵੇਖ ਕੇ ਮੌਤ ਹਸਦੀ ਹੋਈ ਦੂਰ ਤੁੰਦਲਕੇ ਨੂੰ ਨਿਹਾਰਦੀ ਅੱਗੇ ਚਾਲੇ ਪਾ ਦਿੰਦੀ ਹੈ ਉਹ ਪਰਮਾਤਮਾ ਸਾਡੇ ਜੀਵਨ ਦੇ ਚਾਨਣ ਮਨਾਰੇ ਅਸੀਂ ਕਦੇ ਨਾ ਮੁੱਕਣ ਵਾਲੀ ਇਸ ਰਾਤ ਦੇ ਹਨੇਰੇ 'ਚੋਂ ਤੈਨੂੰ ਪੁਕਾਰ ਰਹੇ ਹਾਂ ਕਿ ਤੂੰ ਸਾਡੀ ਚੀਕ ਪੁਕਾਰ ਸੁਣ ਰਿਹਾ ਹੈ ਅਸੀਂ ਆਪਣੇ ਮਰ ਚੁੱਕਿਆਂ ਦੀਆਂ ਰੂਹਾਂ ਨੂੰ ਦੂਤ ਦੇ ਤੌਰ ਤੇ ਤੇਰੇ ਕੋਲ ਭੇਜਿਆ ਹੈ ਕਿ ਤੂੰ ਉਹਨਾਂ ਦੀ ਗੱਲ ਵੱਲ ਧਿਆਨ ਦਿੰਦਾ ਹੈ ਪੂਰਬ ਵੱਲੋਂ ਆਉਂਦੀ ਹਵਾ ਸਾਡੇ ਹੌਕਿਆਂ ਹਾਵਿਆਂ ਨਾਲ ਬੋਝਲ ਹੋਈ ਪਈ ਐ ਕਿ ਉਹ ਆਪਣਾ ਭਾਰ ਹੌਲਾ ਕਰਨ ਲਈ ਤੇਰੇ ਕੋਲ ਨਹੀਂ ਪਹੁੰਚੀ ਕਿ ਤੈਨੂੰ ਸਾਡੇ ਦੁੱਖਾਂ ਦਾ ਅਹਿਸਾਸ ਹੈ ਕਿ ਤੂੰ ਸਾਡੀ ਮਦਦ ਕਰਨ ਬਾਰੇ ਸੋਚਿਆ ਹੈ ਕਿ ਤੂੰ ਖੁਦ ਨੂੰ ਸੁੱਖ ਤੇ ਆਰਾਮ ਨਾਲ ਸੀਮਤ ਕਰਕੇ ਇਹ ਸੋਚ ਲਿਆ ਚਾਨਣ ਦੇ ਪੁੱਤਰ ਹਨੇਰੇ ਦੇ ਪੁੱਤਰਾਂ ਨੇ ਕੀ ਕਰ ਸਕਦੇ ਹਨ ਮੁਰਦੇ ਮੁਰਦਿਆਂ ਨੂੰ ਦਫਨਾਈ ਜਾਣ ਇਹੀ ਪਰਮਾਤਮਾ ਦੀ ਇੱਛਾ ਹੈ हां परमात्मा ਇਹੀ ਚਾਹੁੰਦਾ ਹੈ ਪਰ ਕੀ ਤੂੰ ਆਪਣੇ ਆਪ ਤੋਂ ਉੱਚਾ ਨਹੀਂ ਉੱਠ ਸਕਦਾ ਤਾਂ ਕਿ ਪਰਮਾਤਮਾ ਤੈਨੂੰ ਆਪਣੀ ਇੱਛਾ ਤੇ ਸਾਡੀ ਮਦਦ ਦਾ ਸਾਧਨ ਬਣਾ ਸਕੇ ਹਨੇਰੀ ਰਾਤ ਚ ਅਸੀਂ ਇੱਕ ਦੂਜੇ ਨੂੰ ਮਦਦ ਲਈ ਬੁਲਾਉਂਦੇ ਆਂ ਭਰਾ ਭਰਾ ਨੂੰ ਮਾਂ ਬੇਟੀ ਨੂੰ ਪਤੀ ਪਤਨੀ ਨੂੰ ਪ੍ਰੇਮੀ ਪ੍ਰੇਮਿਕਾ ਨੂੰ ਪੁਕਾਰਦੇ ਆਂ ਤੇ ਜਦੋਂ ਸਾਡੀਆਂ ਸਾਰਿਆਂ ਦੀ ਆਵਾਜ਼ਾਂ ਮਿਲ ਕੇ ਖੁਦਾ ਦੇ ਦਿਲ ਤੱਕ ਪਹੁੰਚਦੀਆਂ ਹਨ ਤਬ ਮੌਤ ਚੁੱਪ ਕਰ ਜਾਂਦੀ ਹਸਦੀ ਸਾਡਾ ਮੌਜੂਡ ਆਉਂਦੀ ਦੂਰ ਤੁੰਦਲ ਕੇ ਨੂੰ ਨਿਹਾਰਦੀ ਹੋਈ ਅੱਗੇ ਲੰਘ ਜਾਂਦੀ ਹੈ ਤਾਂ ਨੂੰ